ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਦੱਸੋ ਜੀ, ਕਿੱਦਾਂ ਹੋ? ਸਾਰੇ ਠੀਕ ਠਾਕ ਹੋ? ਤੇ ਆਪਾਂ ਵੀ ਬਿਲਕੁਲ ਵਧੀਆ ਠੀਕ ਠਾਕ ਹਾਂ। ਤੇ ਸਾਰੇ ਜਣੇ ਮੈਨੂੰ ਪੁੱਛਦੇ ਸੀ ਕਿ ਮੈਨੂੰ ਦੋ ਚਾਰ ਕਮੈਂਟ ਵੀ ਆਏ ਸੀ ਜਿਨ੍ਹਾਂ ਦੇ ਵਿੱਚ ਮੈਨੂੰ ਕਿਸੇ ਨੇ ਪੁੱਛਿਆ ਹੈ ਕਿ ਤੁਹਾਡੀ ਲਵ ਮੈਰਿਜ ਹੋਈ ਆ। ਨਹੀਂ ਜੀ, ਮੇਰੀ ਲਵ ਮੈਰਿਜ ਨਹੀਂ ਹੋਈ, ਮੇਰੀ ਅਰੇਂਜ ਮੈਰਿਜ ਹੋਈ ਆ। ਤੇ ਕੁਛ ਮੈਂ ਤੁਹਾਨੂੰ ਆਪਣੀਆਂ ਮੈਨੂੰ ਵੀਡੀਓ ਕਹਿੰਦੇ ਸੀ ਵਿਆਹ ਦੀਆਂ ਜਿਹੜੀਆਂ ਵਾ ਵੀਡੀਓ ਤੁਸੀਂ ਆਪਣੀਆਂ ਵਿਖਾਓ। ਮੈਂ ਵਿਆਹ ਵਾਲੀਆਂ ਵੀਡੀਓ ਅਜੇ ਨਹੀਂ, ਥੋੜਾ ਟਾਈਮ ਬਾਅਦ ਮੈਂ ਤੁਹਾਨੂੰ ਦਿਖਾਊਂਗੀ, ਪਰ ਮੇਰੀਆਂ ਜਿਹੜੀਆਂ ਵਿਆਹ ਵਾਲੀ ਮੈਰਿਜ ਦੀ ਐਲਬਮ ਆ ਉਹ ਮੈਂ ਤੁਹਾਨੂੰ ਦਿਖਾਉਂਦੀ ਹਾਂ। ਹਾਂ, ਪਰ ਮੈਂ ਤੁਹਾਨੂੰ ਹੋਰ ਗੱਲ ਦੱਸ ਦਿੰਦੀ ਹਾਂ, ਕਿਉਂਕਿ ਜਿਹੜੀ ਮੇਰੀ ਵਿਆਹ ਦੀ ਮੈਰਿਜ ਦੀ ਐਲਬਮ ਆ ਉਹ ਮੈਂ ਇੰਡੀਆ ਤੋਂ ਨਹੀਂ ਬਣਾਈ, ਉਹ ਮੈਂ ਇੱਥੇ ਆਣ ਕੇ ਇਟਲੀ ਆਣ ਕੇ ਹੀ ਬਣਾਈ ਸੀ ਆਪਾਂ, ਕਿਉਂਕਿ ਥੋੜੇ ਜੇ ਤੁਹਾਨੂੰ ਪਤਾ ਵਾ ਜਦੋਂ ਵਿਆਹ ਹੋਇਆ ਸੀ ਕੰਮ ਕਾਰ ਇੱਦਾਂ ਦੇ ਹੁੰਦੇ ਆ ਵੀ ਕਈ ਵਾਰੀ ਨਹੀਂ ਵੀ ਬਣਦੀ ਚੀਜ਼, ਉੱਥੇ ਸਾਡੇ ਕੋਲ ਨਹੀਂ ਬਣੀ। ਤੇ ਫਿਰ ਆਪਾਂ ਇੱਥੇ ਆਣ ਕੇ ਮੈਂ ਬਣਾਈ ਸੀ ਐਲਬਮ ਆਪਣੀ, ਤੇ ਆ ਜਾਓ ਤੁਹਾਨੂੰ ਵਿਖਾਉਂਦੇ ਆ ਸਾਰੇ। ਤੇ ਨਾਲੇ ਸਾਰੇ ਜਣੇ ਮੈਨੂੰ ਪੁੱਛਦੇ ਸੀ ਵੀ ਆਪਣੇ ਸਿਸਟਰ ਇਨ ਲਾਅ ਦੀਆਂ ਮਤਲਬ ਕਿ ਆਪਣੀਆਂ ਵੀਡੀਓ ਬਣਾ ਕੇ ਪਾਇਓ, ਇੰਡੀਆ ਤੋਂ ਤਾਂ ਪੋਸੀਬਲ ਨਹੀਂ ਹੋਇਆ, ਵੀਡੀਓ ਨਹੀਂ ਬਣ ਕੇ ਆਈ। ਤੇ ਮੈਂ ਤੁਹਾਨੂੰ ਅੱਜ ਆਪਣੀ ਐਲਬਮ ਦੇ ਵਿੱਚ ਸਾਰਿਆਂ ਦੀਆਂ ਫੋਟੋਆਂ ਜਿਹੜੀਆਂ ਦਿਖਾ ਲਾਂਗੀ ਆਪਣੇ ਇਨ ਲਾਅ ਫੈਮਿਲੀ ਦੀਆਂ, ਤੇ ਆ ਜਾਓ ਵੇਖਦੇ ਆ। ਤੇ ਇਹ ਆ ਮੇਰੀ ਮੈਰਿਜ ਦੀ ਐਲਬਮ, ਮਤਲਬ ਕਿ ਛੋਟੀਆਂ ਹੀ ਐਲਬਮ, ਕਾਫੀ ਵੱਡੀਆਂ ਨਹੀਂ ਹੈ ਜਿੱਦਾਂ ਆਪਾਂ ਇੰਡੀਆ ਬਣਾਈ ਦੀਆਂ ਆ। ਇਹਨੂੰ ਵੀ ਹੁਣ ਬਣਾਈ ਨੂੰ ਆਪਾਂ ਨੂੰ ਕੋਈ 6 ਸਾਲ ਹੋ ਗਏ ਆ, ਇਹਨਾਂ ਵੀ ਐਲਬਮ ਨੂੰ। ਇਹ ਮੈਰਿਜ ਦੀ ਆ, ਇਹ ਰਿਸੈਪਸ਼ਨ ਪਾਰਟੀ ਦੀ ਆ, ਤੇ ਆ ਜਾਓ ਵੇਖੀਏ। रुकियो, आ जाओ आप विखाने तुम अपने विआह की एल्बम, तो आप कर दिया शुरू। ये सारिया फ्रंट के उत्ते तरन दिया फोटो ने, ये मेरी कोई नहीं हैगी, ये सारिया मेरिया अगे जाके आनगियां। ਇਹ ਸਾਡੇ ਦੀਦੀਆਂ ਦੇ ਬੱਚੇ ਆ, ਮਤਲਬ ਕਿ ਇਹਨਾਂ ਦੀਆਂ 4 ਭੈਣਾਂ ਜਿਹੜੀਆਂ ਆ ਉਹਨਾਂ ਦੇ ਬੱਚੇ ਆ, ਪਿੱਛੇ 2 ਕੁੜੀਆਂ ਆ ਛੋਟੀ ਛੋਟੀ, ਸਿਮੂ ਇਹ ਕਿੰਨੀ ਛੋਟੀ ਲੱਗਣ ਦੀ ਆ। ਆਇਆ ਭਾਜੀ ਹੁਣੀ ਆ, ਭਾਜੀ ਆ ਤਰਨ ਦੇ ਤਿੰਨੇ, ਇਹਨਾਂ ਦੀਆਂ ਜਿਹੜੀਆਂ ਸਿਸਟਰ ਆ ਉਹਨਾਂ ਦੇ ਘਰ ਵਾਲੇ ਨੇ, ਤੇ ਆ ਇਹਨਾਂ ਦੇ ਮੁੰਡੇ ਤਿੰਨੇ। ਇਹ ਮੇਰੇ ਵੱਡੇ ਦੀਦੀ ਆ ਜਿਹੜੇ ਮਤਲਬ ਕਿ ਹੁਣ ਜੋਬ ਕਰਦੇ ਉੱਥੇ ਹੋਸਪਿਟਲ ਵਿੱਚ, ਤੇ ਇਹ ਭਾਜੀ ਆ, ਤੇ ਇਹਨਾਂ ਨੂੰ ਤਾਂ ਵੇਖਿਆ ਹੀ ਆ ਸਾਡੇ ਨਾਲ ਵੀਡੀਓ ਦੇ ਵਿੱਚ। ਇਹ ਆ ਅਕਸ਼ਰੀਤ, ਇਹ ਆ ਤਰਨ ਦੇ ਤੀਜੇ ਨੰਬਰ ਵਾਲੇ ਦੀਦੀ। ਇਹਨਾਂ ਦਾ ਜਿੰਨਾ ਤੁਸੀਂ ਵੇਖਦੇ ਹੋ ਆਪਣਾ ਚੈਨਲ ਵੇਖਦੇ ਹੁੰਦੇ ਆ, ਇਹ ਉਹ ਦੀਦੀ ਆ, ਤੇ ਇਹ ਉਹਨਾਂ ਦੇ ਦੋਨੋਂ ਬੱਚੇ ਆ। ਇਹ ਦੀਦੀ ਸਾਡੇ ਆ ਸਾਰਿਆਂ ਨਾਲ ਵੱਡੇ ਆ ਦੀਦੀ, ਫਸਟ ਨੰਬਰ ਵਾਲੇ, ਤੇ ਆ ਇਹਨਾਂ ਦੇ ਸੈਕਿੰਡ ਨੰਬਰ ਵਾਲੇ ਦੀਦੀ ਆ। ਇਹਨਾਂ ਦੀਆਂ ਬੇਟੀਆਂ ਆ ਛੋਟੀਆਂ ਛੋਟੀਆਂ 2, ਹੁਣ ਤਾਂ ਪਰ ਬਹੁਤ ਵੱਡੀਆਂ ਹੋ ਗਈਆਂ ਆ। ਤੇ ਆ ਦੀਦੀ ਆ ਸਾਡੇ 4 ਨੰਬਰ ਵਾਲੇ, ਜਿੰਨਾ ਮੈਨੂੰ ਸਾਰੇ ਪੁੱਛਦੇ ਇਹਨਾਂ ਤੁਹਾਡਾ ਸਮਾਨ ਕਿਹਨਾਂ ਨੇ ਭੇਜਿਆ ਪਾਰਸਲ ਵਗੈਰਾ, ਉਹ ਵੀ ਸਾਡੇ ਇਸ ਦੀਦੀ ਨੇ ਮੈਨੂੰ ਭੇਜਿਆ ਸੀ। ਤੇ ਇੱਧਰ ਆ ਇਹ ਤਰਨ ਦੇ ਚਾਚਾ ਜੀ ਆ, ਜੋ ਕਿ ਕਨੇਡਾ ਰਹਿੰਦੇ ਆ, ਤੇ ਇਹ ਉਹਨਾਂ ਦੇ ਨਾਲ ਫਰੈਂਡ ਆਏ ਸੀ ਸਾਡੀ ਮੈਰਿਜ 'ਤੇ। ਤੇ ਇਹ ਮੰਮੀ ਪਾਪਾ ਨੇ, ਤੇ ਪਾਪਾ ਦੀ ਤਾਂ ਹੁਣ ਐਕਸਪਾਇਰ ਹੋ ਗਏ ਨੇ, ਤੇ ਮੰਮਾ ਆ, ਤੇ ਇਹ ਆ ਤਰਨ ਦੇ ਮਾਮਾ ਮਾਮੀ। ਇੱਧਰ ਤੁਸੀਂ ਵੇਖੀ ਹੁਣ ਇਹਦੇ ਵਿੱਚ, ਹੁਣ ਫਿਲਹਾਲ ਤੁਹਾਨੂੰ ਜਿਨ੍ਹਾਂ ਜਿਨ੍ਹਾਂ ਨੂੰ ਦੱਸਣ ਦੀ ਲੋੜ ਹੀ ਉਹ ਮੈਂ ਤੁਹਾਨੂੰ ਸਾਰੀਆਂ ਦੱਸ ਦਿੱਤੀਆਂ ਆ। ਤੇ ਹੁਣ ਤੁਸੀਂ ਇੱਧਰ ਵਾਗ ਫੜਾਈ ਦੀਆਂ ਚੱਲਣ ਲੱਗ ਪਈਆਂ ਫੋਟੋਆਂ ਵੇਖੋ ਜੀ, ਮੇਰੀ ਕੋਈ ਫੋਟੋ ਨਹੀਂ ਵਿੱਚ ਹੈਗੀ ਤਰਨ। ਇਹ ਦੀਦੀਆਂ 4 ਮਿੰਟ ਗਈਆਂ ਵਾਗ ਫੜਾਈ ਤੇ, ਹੁਣ ਮੈਂ ਤੁਹਾਨੂੰ ਇੱਕ ਵਾਰੀ ਫੇਰ ਕਲੀਅਰ ਕਰ ਦਿੰਦੀ ਹਾਂ। ਇਹ ਆ ਵੱਡੇ ਦੀਦੀ ਸਾਰਿਆਂ ਨਾਲੋਂ, ਇਹ ਆ ਦੂਜੇ ਨੰਬਰ ਵਾਲੇ ਦੀਦੀ, ਇਹ ਆ ਤੀਜੇ ਨੰਬਰ ਵਾਲੇ, ਇਹ ਆ ਚੌਥੇ ਨੰਬਰ ਵਾਲੇ ਦੀਦੀ, ਠੀਕ ਆ। ਇਹ ਆ ਇਹਨਾਂ ਦੇ ਭਾਬੀ ਜੀ। ਇੱਧਰ ਇਹ ਭੰਗੜਾ ਕਿੱਦਾਂ ਪੈਣ ਡਿਆ ਵਾ, ਇਹ ਮੇਰੇ ਆ ਡੈਡੀ ਜੀ ਜਿਨ੍ਹਾਂ ਤੁਸੀਂ ਸਾਰੇ ਜਣੇ ਹੁਣ ਵੀਡੀਓ ਦੇ ਵਿੱਚ ਵੇਖਦੇ ਹੀ ਹੋ। ਇਹ ਆ ਮੰਮਾ,
ਤੇ ਸਾਰੇ ਜਣੇ ਪ੍ਰੀਤ ਨੂੰ ਵੇਖੋ, ਤੇਰੇ ਵਿਆਹ ਤੇ ਬਹੁਤ ਛੋਟੀ ਸੀ। ਤੇ ਸਾਡਾ ਜਿਹੜਾ ਸ਼ਗਨ ਆ ਉਹ ਨਾ ਪਹਿਲਾਂ ਨਹੀਂ ਲੱਗਾ, ਵਿਆਹ ਵਾਲੇ ਦਿਨ ਹੀ ਸਾਡਾ ਸ਼ਗਨ ਲੱਗਾ ਸੀ, ਗੁਰਦੁਆਰੇ ਸ਼ਗਨ ਲੱਗਾ ਸੀ, ਉਦੋਂ ਹੀ ਸਾਡੀਆਂ ਬਾਅਦ ਵਿੱਚ ਲਾਵਾਂ ਹੋਈਆਂ ਸੀ। ਇਹ ਵੱਡੇ ਦੀਦੀ ਆ ਜਿਨ੍ਹਾਂ ਨੇ ਸਿਹਰਾ ਪਾਇਆ ਸੀ ਝੋਲੀ ਦੇ ਵਿੱਚ, ਦੂਜੇ ਨੰਬਰ ਵਾਲੀ ਦੀਦੀ। ਇਹ ਸਾਡੀਆਂ ਲਾਵਾਂ ਦੀਆਂ ਫੋਟੋਆਂ ਆ, ਤੇ ਸਾਰਿਆਂ ਨੇ ਕਮੈਂਟ ਵਿੱਚ ਦੱਸਣਾ ਆ ਕਿ ਤੁਹਾਨੂੰ ਸਾਡੀਆਂ ਫੋਟੋਆਂ ਜਿਹੜੀਆਂ ਕਿੱਦਾਂ ਦੀਆਂ ਲੱਗੀਆਂ ਵਿਆਹ ਵਾਲੀਆਂ। ਹੁਣ ਮੇਰੀਆਂ ਜਾ ਕੇ ਫੋਟੋ ਆਈਆਂ, ਮਸਾਈ ਸਾਰੀ ਐਲਬਮ ਲੰਘ ਚੱਲੀ ਆ, ਮਹਾ ਜਾ ਕੇ ਮੇਰੀਆਂ ਫੋਟੋ ਆਈਆਂ। ਤੇ ਜਿਹੜੇ ਤਰਨ ਦੇ ਵੱਡੇ ਦੀਦੀ ਆ, ਇਹਨਾਂ ਨੇ ਮੇਰਾ ਰਿਸ਼ਤਾ ਕਰਾਇਆ ਸੀ, ਐਸ ਦੀਦੀ ਨੇ, ਕਿਉਂਕਿ ਇਹ ਜਿਹੜੇ ਦੀਦੀ ਆ ਸਾਡੇ ਮਤਲਬ ਕਿ ਮੇਰੇ ਪੇਕਿਆਂ ਵਾਲੇ ਪਾਸੇ ਜਿਹੜੇ ਆ ਬਿਲਕੁਲ ਨਾਲ ਦੇ ਪਿੰਡ ਵਿੱਚ ਰਹਿੰਦੇ ਆ, ਤੇ ਇਹਨਾਂ ਨੇ ਮੇਰਾ ਰਿਸ਼ਤਾ ਕਰਾਇਆ ਸੀ ਦੀਦੀ ਹੋਣਾਂ ਨੇ। ਲਓ ਜੀ, ਸਾਡੇ ਵਿਆਹ ਦੀ ਐਲਬਮ ਜਿਹੜੀ ਆ ਇੱਥੇ ਖਤਮ ਹੋ ਗਈ ਆ, ਕਿਉਂਕਿ ਵਿਆਹ ਦੀ ਐਲਬਮ ਜਿਹੜੀ ਆ ਬਹੁਤ ਛੋਟੀ ਆ। ਆਪਾਂ ਜਿਸ ਤਰ੍ਹਾਂ ਇੰਡੀਆ ਬਣਾਉਂਦੇ ਹਾਂ ਕਾਫੀ ਵੱਡੀਆਂ ਐਲਬਮ, ਜਿਹੜੀ ਆਪਾਂ ਤੁਹਾਨੂੰ ਐਲਬਮ ਵਿਖਾਈ ਹੈ ਪਹਿਲਾਂ ਉਹ ਸਾਡੇ ਆ ਵਿਆਹ ਦੀ ਐਲਬਮ, ਇਹ ਆ ਸਾਡੀ ਪਾਰਟੀ ਦੀ, ਬਾਅਦ ਚ ਆਪਾਂ ਇੱਕ ਦਿਨ ਬਾਅਦ ਆਪਾਂ ਰਿਸੈਪਸ਼ਨ ਪਾਰਟੀ ਜਿਹੜੀ ਤੇ ਉਹਦੀ ਆ, ਤੇ ਆਜੋ ਵੇਖਦੇ ਹਾਂ ਹੁਣ ਆਪਾਂ ਇਹ ਵੀ। ਲਓ ਜੀ, ਆਪਾਂ ਹੁਣ ਕਰੀਏ ਸ਼ੁਰੂ ਆਪਣੇ ਪਾਰਟੀ ਵਾਲੀ ਦੀ। ਉਹ ਅੱਗੇ ਲੱਗ ਗਈ, ਇਹ ਸਾਡੀ ਪਾਰਟੀ ਦੀ ਹੈ, ਵਿਆਹ ਤੋਂ ਇੱਕ ਦਿਨ ਬਾਅਦ ਦੀ ਸੀ। ਮੇਰੀ ਪਹਿਲੀ ਫੋਟੋ ਜਿਸ 'ਚ ਮੈਂ ਹੱਸਣ ਡਈ ਹਾਂ। ਨਹੀਂ, ਵਿੱਚ ਵੀ ਮੈਂ ਹੱਸਣ ਡਈ ਹਾਂ, ਦੋ ਫੋਟੋਆਂ ਜਿਸ 'ਚ ਮੈਂ ਹੱਸਣ ਡਈ। ਵਿਆਹ ਵਾਲੀ 'ਚ ਮੇਰੇ 'ਚ ਕੋਈ ਫੋਟੋ 'ਚ ਨਹੀਂ, ਮੇਰਾ ਹਾਸਾ ਹੈਗਾ ਹੀ ਨਹੀਂ, ਇੱਥੇ ਮੈਂ ਫੇਰ ਸੀਰੀਅਸ ਲੱਗਦਾ ਹੋ ਗਈ ਸੀ। ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸਾਡੀਆਂ ਜਿਹੜੀਆਂ ਵਾ ਫੋਟੋਆਂ ਜਿਹੜੀਆਂ ਕਿੱਦਾਂ ਦੀਆਂ ਲੱਗੀਆਂ। ਕੇਕ ਵੀ ਹੈਗਾ, ਆ ਜਾਓ ਜਿਹਨੇ ਜਿਹਨੇ ਖਾਣਾ। ਫੋਟੋ ਜ਼ਿਆਦਾ ਸੋਹਣੀ ਨਹੀਂ ਆ, ਪਰ ਮੈਂ ਇਹ 'ਚ ਬਿਲਕੁਲ ਨਹੀਂ ਹੱਸਦੀ ਪਈ ਸੀ। ਪਲੀਜ਼ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ, ਕਿਉਂਕਿ ਇੱਦਾਂ ਫਿਰ ਇਹ ਆ ਵੀ ਥੋੜ੍ਹਾ ਵਧੀਆ ਲੱਗਦਾ ਆ ਵੀ ਆਪਣੀਆਂ ਜਿਹੜੀਆਂ ਵੀਡੀਓ ਸ਼ੇਅਰ ਹੁੰਦੀਆਂ ਵਾ, ਅਤੇ ਹੌਸਲਾ ਜਿਹਾ ਮਿਲਦਾ ਰਹਿੰਦਾ ਵਾ ਵੀ ਆਪਾਂ ਗਾਂਹ ਤੋਂ ਵੀ ਵੀਡੀਓ ਬਣਾਉਣੀਆਂ ਹੁੰਦੀਆਂ ਹੋਰ ਵੀ। ਮੈਂ ਤਰਨ ਦੇ ਇਕੱਲੇ ਚਾਚਾ ਜੀ, ਇਕੱਲੇ ਨੂੰ ਫੋਟੋ, ਇੱਧਰ ਵੱਡੇ ਦੀਦੀ ਆ। ਲਓ ਜੀ, ਸਾਡੀਆਂ ਜਿਹੜੀਆਂ ਵੀਡੀਓ ਆ, ਵੀਡੀਓ ਖੈਣੀਆਂ ਫੋਟੋਆਂ ਜਿਹੜੀਆਂ ਵਾ ਖਤਮ ਹੋ ਗਈਆਂ ਵਾ ਐਲਬਮ ਦੀਆਂ, ਕਿਉਂਕਿ ਆਪਾਂ ਬਹੁਤ ਜ਼ਿਆਦਾ ਵੱਡੀਆਂ ਐਲਬਮ ਨਹੀਂ ਹੈਗੀਆਂ ਸੀ, ਛੋਟੀਆਂ ਸੀ, ਮੇਨ ਮੇਨ ਹੀ ਆਪਾਂ ਫੋਟੋਆਂ ਵਿੱਚ ਲਵਾਈਆਂ ਸੀ ਇਹਨਾਂ ਦੇ। ਅਤੇ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਸਾਡੇ ਵਿਆਹ ਦੀ ਕੌਣ ਕੌਣ ਵੀਡੀਓ ਵੇਖਣਾ ਚਾਹੁੰਦਾ ਆ, ਫਿਰ ਆਪਾਂ ਉਹ ਵੀ ਬਣਾਵਾਂਗੇ। ਜੇ ਜ਼ਿਆਦਾ ਕਮੈਂਟ ਹੋਣਗੇ ਵਿਆਹ ਵਾਲੀ ਵੀਡੀਓ ਦੇ ਤਾਂ ਉਹ ਫਿਰ ਆਪਾਂ ਉਹਨੇ ਜਿਹੜੇ ਆ ਜ਼ਿਆਦਾ ਜਲਦੀ ਜਿਹੜੀ ਵੀਡੀਓ ਬਣਾ ਕੇ ਭੇਜਾਂਗੇ।
चलो जी ठीक है फिर, तुहानू आपां अपने विआह दी वी ते रिसेप्शन पार्टी दोनों दियां तुहानू एल्बम विखा दित्तियां वा, ते हुण कमेंट करके दस्सियो वी तुहानू साडियां दोवां एल्बम विचों साडियां फोटोआं कैदे च ज्यादा वधिया लगियां, ते फिर अग्गे तो तुहाडे वास्ते कोई वधिया जिहा वीडियो लैके आवांगे। फिलहाल तां मेरे कोल इही आ, ते ठीक है जी फिर मिलांगे अगली वीडियो च, बाय बाय।